ਲਓ ਵੀ ਹੁਣ ਆਪਾਂ ਆ ਗਏ ਸਵੈਨ ਵਾਲਿਆਂ ਦੇ 8 ਫੁੱਟ ਆ 2,60,000 60,000 ਦਾ
ਏਸ਼ੀਆ ਹਟ ਹਟ ਬਣਾ ਦੀ ਆਈ ਗੇੜਾ ਮਾਰ ਜੋ ਲੁਧਿਆਣੇ ਮੇਲੇ ਤੇ ਆ ਕੇ ਕਿ ਨਹੀਂ ਇਹ ਲੈਣਾ ਹਾਂ ਦੇਖਣ ਵਾਲਾ ਮੇਲਾ ਯਾਰ ਹਾਂ ਦੇਖਣ ਵਾਲਾ ਮੇਲਾ ਗਹੀਰ ਗਹੀਰ ਹੈ ਨਾਲ ਲੁੱਟਾ ਵੀ ਦਿਖਾ ਦਈਏ ਲੈ ਕਰਦੇ ਯਾਰ ਲੋਕੀ ਆ ਰਹੇ ਹੈ ਇਹ ਕਾਦੇ ਨਹੀਂ ਸੀ ਨਾ ਵਾਸਤੇ ਪਾਣੀ ਚੱਲੂ ਹੈ ਲੈ ਪਾਣੀ 'ਚ ਕਣਕ ਵੱਢ ਖਾ ਦੇ ਤਾਂ ਹੀ ਲਾਈ ਹੋਈ ਹੈ ਨਾ ਇਹਦੇ ਥੱਲੇ ਹਾਂ ਮਤਲਬ ਗਿੱਲਾ ਗੁੱਲਾ ਲੈ ਖਾਣੇ ਨਾਲ ਹੀ ਹਾਂ ਚੱਲਦੇ ਆ
750 ਹੈ ਨਾ। ਟਾਈਆ ਟਾਇਰ ਨੇ ਇਹਦੇ ਨਾ ਜਿਸਦੇ ਨਾਲ ਮੇਰੀ ਫਸਲ ਦਾ ਮੈਨੂੰ ਬਹੁਤ ਵਧੀਆ ਝਾੜ ਮਿਲਿਆ। ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿਸੇ ਵੀ ਫਸਲ ਦੀ ਦਿਖਾ
ਦੇਖਣ ਵਾਲਾ ਮੇਲਾ ਭਾਅ ਜਾਣੀ ਹੈ ਨਾ। ਚੀਜ਼ਾਂ ਹੀ ਬਹੁਤ ਆ ਗਈਆਂ ਖੇਤੀਬਾੜੀ ਲਈ। ਲੈਂਡ ਫੋਰਸ ਵਾਲੀ ਬਾਕੀ ਭਾਈ ਇਹ ਲੁਧਿਆਣੇ ਦਾ ਮੇਲਾ ਸਾਰਾ ਆ ਕੇ ਦੇਖੋ ਇੱਕ ਵਾਰ ਜ਼ਰੂਰ ਵਿਜਿਟ ਕਰੋ ਕਿ ਨਹੀਂ ਦੇਖੋ। ਦਸ਼ਮੇਸ਼ ਵਾਲੇ ਭਾਈ ਕੰਪੈਨ ਇਹਨਾਂ ਦੀ ਕੈਬਨ ਬੰਦ ਕੋਈ ਦਸ਼ਮੇਸ਼ ਵਾਲੇ ਦਸ਼ਮੇਸ਼ ਵਾਲੇ ਨੇ ਜੀ ਇਹ ਕਦੀ ਮਸ਼ੀਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਸਾਰੇ ਕਿਸਾਨ ਭਰਾ ਇਸ ਮੌਕੇ ਦੀ ਗਵਾਹੀ ਭਰ ਆਓ। ਦਸ਼ਮੇਸ਼ ਗਰੁੱਪ ਮਲੇਰਕੋਟ ਦਾ ਸਟਾਲ ਦੇ ਉੱਤੇ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਆਓ ਜਿਸ ਵਕਤ ਦਾ ਜਿਸ ਵੇਲੇ ਦਾ ਜਿਸ ਘੜੀਆਂ ਦਾ ਤੁਹਾਨੂੰ ਸਾਰਿਆਂ ਨੂੰ ਸਵੇਰ ਤੋਂ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਘੜੀਆਂ ਉਹ ਵਕਤ ਹੋਵੇ ਤਾਂ ਉਹ ਆ ਚੁੱਕਿਆ ਹੈ ਕਿ ਜਿਸ ਘੜੀ ਦੇ ਵਿੱਚ ਜਿਸ ਵਕਤ ਦੇ ਵਿੱਚ ਜਿਸ ਸਮੇਂ ਦੇ ਵਿੱਚ ਅਸੀਂ ਆਪਣੀ ਨਵੀਂ ਇੰਪਲੀਮੈਂਟਸ ਦਾ ਨਵੀਂ ਮਸ਼ੀਨ ਦਾ ਉਦਘਾਟਨ ਕਰਨਾ ਹੈ। ਤੁਸੀਂ ਸਾਡੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਸਾਡੇ ਸਟਾਲ ਤੇ ਆਓ ਤੇ ਆ ਕੇ ਅੱਜ ਆਪਾਂ ਉਸ ਮਸ਼ੀਨ ਦਾ ਉਦਘਾਟਨ ਕਰੀਏ ਕਿ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਵਕਤ ਦੇ ਵਿੱਚ ਕਿਸਾਨੀ ਖੇਤੀਬਾੜੀ ਦੇ ਵਿੱਚ ਇੱਕ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ। ਇਹ ਸਾਰਾ ਲੁਧਿਆਣੇ ਦਾ ਮੇਲਾ ਜੀ ਕਿਸਾਨ ਮੇਲਾ ਜਿਹੜਾ ਕਿ PAU ਯੂਨੀਵਰਸਿਟੀ 'ਚ ਲੱਗਿਆ ਹੋਇਆ ਅਤੇ ਤੁਸੀਂ ਜ਼ਰੂਰ ਆਓ ਦੇਖ ਕੇ ਜਾਓ ਦੇਖਣ ਵਾਲਾ ਮੇਲਾ ਇਹ ਅਤੇ ਕਿਸਾਨ ਭਰਾ ਸਾਹਿਬ ਜ਼ਰੂਰ ਆਪਣਾ ਮੇਲਾ ਦੇਖ ਕੇ ਜਾਣ ਕਿਉਂਕਿ ਬਹੁਤ ਤਰ੍ਹਾਂ ਦੇ ਇੰਪਲੀਮੈਂਟ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ। ਹਾਂ
ਸਮਝ ਵਾਲਾ ਹੈ। ਇਹਦਾ ਪ੍ਰਾਈਸ ਕੀ ਹੈ ਬਈ? 9 ਲੱਖ ਕਿ 2 ਲੱਖ? 9 ਲੱਖ। ਕਿੰਨੇ ਟਾਈਮ ਤੋਂ ਕਰਦੇ ਸਪਰੇ ਤੇ ਕਿੰਨੀ ਕਿੰਨੀ ਜਗ੍ਹਾ ਤੇ? 10 ਲੀਟਰ 10 ਲੀਟਰ ਇੱਕ ਇੱਕ ਠੀਕ ਹੈ। 10 ਲੀਟਰ ਇੱਕ ਇੱਕ ਕਰਦੇ ਠੀਕ ਹੈ। ਬੈਟਰੀ ਜੋ ਇਸਕੇ ਸਾਥ ਆਤੀ ਹੈ ਵੋ ਆਪਕਾ 2.5 ਏਕੜ ਤੱਕ ਹੋ ਸਕਦਾ ਹੈ। 2.5 ਏਕੜ ਆਪਕਾ ਮਤਲਬ ਨਿਕਲ ਗਿਆ। ਇੱਕ ਬੈਟਰੀ ਸੈਟ ਇੱਕ ਬੈਟਰੀ ਔਰ ਬੈਟਰੀਆਂ ਚਾਰਜ ਹੁੰਦੀਆਂ ਹਨ। ਚਾਰਜ ਕਿੰਨੇ ਟਾਈਮ ਤੋਂ ਹੁੰਦੀਆਂ? ਆਧੇ ਘੰਟੇ। ਕਿੰਨੇ ਫੁੱਟ ਤੱਕ ਹੋਏ ਉੱਪਰ ਹੋਏ? 100 ਫੁੱਟ। ਘਾਹ ਕੱਟਣ ਵਾਲੇ ਸਾਰੇ ਨਾ 44 ਸੀਸੀ ਹਾਂ ਘਾਹ ਵਾਲੀ ਆ ਗਾਰਡਨ ਟੂਰ ਨੇ ਸਾਰੇ ਕੱਠ ਪਾਓ ਨਾ ਭਾਈ ਪਾਓ ਕੱਠ ਆ ਭਾਈ ਚੱਲ ਵੱਖਰੇ ਵੱਖਰੇ ਤੋਹਫੇ ਦਿੱਤੇ ਵੱਖ ਦੇ ਤੋਹਫੇ ਦਿੱਤੇ ਅਤੇ ਅੱਜ ਇਸ ਕਿਸਾਨੀ ਮੇਲੇ 'ਤੇ ਉਹ ਤੋਹਫਾ ਦਿੱਤਾ ਕਿ ਜਿਹੜਾ ਐਗਰੀਕਲਚਰ ਫੀਲਡ ਦੇ ਵਿੱਚ ਸਾਰੇ ਕਿਸਾਨ ਭਰਾਵਾਂ ਦੇ ਲਈ ਲਾਭਦਾਇਕ ਸਾਬਤ ਹੋਏਗਾ। ਸ਼ਹਿਰ ਮਲੇਰਕੋਟਲਾ ਦਸਮੇਸ਼ ਗਰੁੱਪ ਆਫ ਮਲੇਰਕੋਟਲਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਜਿੱਥੇ ਜਿੱਥੇ ਇਹ ਇੰਪਲੀਮੈਂਟਸ ਵਰਤੇ ਯੂਜ਼ ਕੀਤੇ ਜਾਂਦੇ ਹਨ, ਐਗਰੀਕਲਚਰ ਇੰਪਲੀਮੈਂਟਸ ਵਰਤੇ ਯੂਜ਼ ਕੀਤੇ ਜਾਂਦੇ ਹਨ, ਉੱਥੇ ਉੱਥੇ ਆਪਣਾ ਇੱਕ ਵੱਖਰਾ ਮਕਾਨ ਰੱਖਦਾ ਹੈ। ਸ਼ਹਿਰ ਮਲੇਰਕੋਟਲਾ ਦਾ ਦਸਮੇਸ਼ ਗਰੁੱਪ ਆਫ ਮਲੇਰਕੋਟਲਾ ਸਾਡੇ PMT ਸਰ, ਸਾਡੇ ਪੂਰੀ ਟੀਮ ਮੌਜੂਦ ਹੈ। ਮਲਕੀਤ ਵਾਲੇ ਹਾਰਨ ਟਰੱਕ ਕਹਿੰਦੇ ਜੀ 100 ਚੋਂ 99 ਨੰਬਰ ਆ ਜਾਣ ਉਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਜੀ। ਤੇ ਇਹ ਤੇ 100 ਚੋਂ 100 ਹੀ ਲੈ ਗਏ, ਪਰ ਮਤਲਬ ਵੈਸੇ 99 ਗੰਡ ਮਾਰ ਕੇ ਗਏ ਨੇ, ਪਰ ਸਾਡੇ ਦਿਲਾਂ 'ਚ 100 ਚੋਂ 100 ਨੰਬਰ ਹੀ ਨੇ। ਤੇ ਹੋਰ ਕੋਈ ਅਗਰ ਸਾਡਾ ਵੀਰ ਸੈਂਚਰੀ ਲਾਉਣ ਦਾ ਇੱਛੁਕ ਹੋਏ ਤੇ ਉਹ ਅੱਗੇ ਆ ਸਕਦਾ ਹੈ। ਪਰ ਵੈਸੇ ਜਸਟ ਜਦ ਤੱਕ ਕੋਈ ਨਹੀਂ ਆ ਰਹੇ ਤਦ ਤੱਕ ਅੱਛਾ ਆਵਾਜ਼ ਪੁੱਛੇ ਕਾਦੀ ਸੈਂਚਰੀ। ਹਾਂਜੀ ਭਾਜੀ, ਇਹ ਇਹ ਗੰਡ ਲਾਣੇ ਜੀ ਇੱਥੇ ਦੇਸੀ ਕਿਉਂ ਜਿਨ੍ਹਾਂ ਨੇ ਖਾਧੇ ਹੋਏ ਨੇ ਡੋਲੇ ਸ਼ੋਲੇ
ਜੀਰੀਆਂ ਨਾਲ, ਦੁੱਧ ਮਲਾਈ ਮੱਖਣਾ ਨਾਲ, ਜਿਹੜੇ ਜਵਾਨ ਜਿਹੜੇ ਵੱਡੇ ਹੋਏ ਨੇ ਉਹਨਾਂ ਨੇ ਆਪਣਾ ਨਾ ਜਿਸ ਤਰ੍ਹਾਂ 60 ਸੀਸੀ ਦਾ ਸਾਡਾ 655 ਮਾਡਲ ਦਾ ਜਿਸ ਤਰ੍ਹਾਂ ਸਾਡਾ ਭਾਰੀ ਜਿਹਾ ਇੰਜਨ ਹੈ ਨਾ, ਉਦਾਂ ਆਪਣੇ ਇੰਜਨ ਦੀ ਤਾਕਤ ਨਾਲ ਇੱਕ ਡੰਡ ਲਗਾ ਕੇ ਤੁਸੀਂ ਪ੍ਰੈਕਟਿਸ ਕਰਨਾ। ਨਹੀਂ ਇੱਕ ਹੋਰ ਗੱਲ ਹੈ, ਜੇ ਤੁਹਾਡੇ ਮਨ ਚ ਕੋਈ ਗਾਣਾ ਹੋਵੇ, ਕੋਈ ਸ਼ੇਰ ਹੋਵੇ ਸਾਡੇ ਕੋਲ, ਗਾਣਾ ਗਾਣਾ ਚਾਹੁੰਦੇ ਦੇਖੋ ਜੀ। ਫਾਰਮ ਟ੍ਰੈਕ ਕੋ ਕਭੀ ਨਾ ਕਿਸੀ ਨੇ ਕੀਆ ਅਨਦੇਖਾ ਹੈ, ਅਰੇ ਅਜੀ ਵਾਵਾ ਤੋ ਕੀਜੀਏ, ਫਾਰਮ ਟ੍ਰੈਕ ਕੋ ਕਭੀ ਨਾ ਕਿਸੀ ਨੇ ਕੀਆ ਅਨਦੇਖਾ ਹੈ, ਔਰ ਧਿਆਨ ਸੇ ਦੇਖੀਏ ਕਿਉਂਕਿ ਇਹ ਫਾਰਮ ਟ੍ਰੈਕ ਪਰਿਵਾਰ ਕੀ ਰੇਖਾ ਹੈ। ਰੇਖਾ ਓਏ ਹੋਏ, ਸੋ ਰੇਖਾ ਜੀ ਗਾਣਾ ਗਾਣਾ ਚਾਹੇਂਗੇ। ਰੇਖਾ ਜੀ ਓਵਰ ਜੀ। ਖੂਬ ਲੱਗਦੀ ਹੋ, ਬੜੀ ਸੁੰਦਰ ਦਿਖਦੀ ਹੋ, ਖੂਬ ਲੱਗਦੀ ਹੋ, ਬੜੀ ਸੁੰਦਰ ਦਿਖਦੀ ਹੋ, ਫਿਰ ਸੇ ਕਹੋ ਕੇ ਤੇਰਾ ਅੱਛਾ ਲੱਗਦਾ ਹੈ, ਜੀਵਨ ਦਾ ਹਰ ਸੁਪਨਾ। ਲਾਓ ਇਹ ਆ ਗਈ ਸ਼ੋਲਡਰ ਵਾਲਾ ਸਿਸਟਮ, ਸੋਲਰ ਪਲੇਟਾਂ ਨੇ ਅਤੇ ਹਾਂਜੀ, ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਖੇਤੀਬਾੜੀ ਸੰਬੰਧਿਤ ਜੋ ਵੀ ਮਸ਼ੀਨਰੀ ਹੁੰਦੇ ਆ, ਜੋ ਵੀ ਇੰਪਲੀਮੈਂਟ ਹੁੰਦੇ ਆ, ਉਹ ਸਾਰੇ ਦਿਖਾਏ ਆਪਾਂ ਤੁਹਾਨੂੰ ਕਿਸਾਨ ਮੇਲੇ 'ਚ। ਅਤੇ ਠੀਕ ਆ ਜੀ, ਇਹ ਬਲੌਗ ਨੂੰ ਕਰਦੇ ਇੱਥੇ ਐਂਡ, ਅਤੇ ਜਿਨ੍ਹਾਂ ਨੇ ਆਪਣਾ ਅੱਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਅਤੇ ਕੱਲ੍ਹ ਨੂੰ ਤੁਹਾਨੂੰ ਇੱਕ ਹੋਰ ਵੀਡੀਓ ਲੈ ਕੇ ਆਵਾਂ ਕਿਸਾਨ ਮੇਲੇ ਦੀ, ਲੁਧਿਆਣੇ ਜਿਹਦੇ ਵਿੱਚ ਤੁਹਾਨੂੰ ਬੀਜ ਵਗੈਰਾ ਹੋਣਗੇ ਸਾਰੇ, ਅਤੇ ਹੋਰ ਵੀ ਜਿਹੜਾ ਮੇਲਾ ਸਾਰਾ ਤੁਹਾਨੂੰ ਦਿਖਾਵਾਂਗੇ ਉਹ ਵੀਡੀਓ ਦੇ ਵਿੱਚ। ਅਤੇ ਠੀਕ ਆ ਜੀ, ਇਹ ਬਲੌਗ ਨੂੰ ਕਰਦੇ ਇੱਥੇ ਐਂਡ, ਮਿਲਦੇ ਹਾਂ ਨੈਕਸਟ ਬਲੌਗ 'ਚ। ਅਤੇ ਤੁਹਾਡਾ ਸਾਰਿਆਂ ਦੇ ਤੱਕ ਵੀਡੀਓ ਦੇਖਣ ਲਈ ਧੰਨਵਾਦ।